पंजाब की क्षेत्रीय राजनीतिक पार्टी श्रोमणी अकाली दल की लोकसभा चुनाव में करारी हार के बाद भीतरी फूट उभरकर सामने आने से पार्टी पर बड़ा खतरा मंडरा रहा है। अकाली दल के बहुत से नेता प्रधान बदलने पर तुले हुए हैं। दूसरी ओर कुछ नेता सुखबीर बादल को पार्टी प्रधान के पद पर टिके रहने के हक में है। इस सबके बीच पार्टी में अंतर्कलह खत्म होने का नाम नहीं ले रही है। आज पंजाब भाजपा के नेता रवनीत बिट्टू अकाली दल के नेताओं को नसीहत देते नजर आए। उन्होंने कहा कि अकाली दल पंजाब की पुरानी पार्टी है, देश की आज़ादी में इनका बड़ा योगदान है, इनको टूटने के बजाय एक होकर रहना चाहिए, सिर्फ वोट की राजनीति नहीं करनी चाहिए। ਉਹਦੇ ਵਿੱਚ ਜਿਹੜਾ ਵੀ ਕੁਛ ਹੋ ਰਿਹਾ ਉਹ ਮੰਦਭਾਗਾ ਹੈ, ਬੜਾ ਮਾੜਾ ਹੈ। ਬਹੁਤ ਪੁਰਾਣਾ ਪਾਰਟੀ ਦਾ ਇਤਿਹਾਸ ਆ ਅਤੇ ਸਾਰਿਆਂ ਨੂੰ ਇਕੱਲਾ ਇਹ ਨਹੀਂ ਹੁੰਦਾ ਵੋਟਾਂ ਦੀ ਰਾਜਨੀਤੀ, ਅਸੀਂ ਹਾਰੇ ਹਾਂ ਜਿੱਤੇ ਹਾਂ ਜਾਂ ਵੋਟਾਂ ਕਿੰਨੀਆਂ ਪਈਆਂ ਨਹੀਂ ਪਿੰਨੀਆਂ, ਇਹਦੇ ਬਹੁਤ ਚੰਗੇ ਵਿਚਾਰਾਂ ਵਾਲੀ ਪਾਰਟੀ ਆ, ਬਹੁਤ ਕੁਰਬਾਨੀਆਂ ਦਿੱਤੀਆਂ ਇਸ ਪਾਰਟੀ ਨੇ ਅਤੇ ਤਾਂ ਦੇਸ਼ ਆਜ਼ਾਦ ਹੋਇਆ। ਖਾਸ ਤੌਰ 'ਤੇ ਉਦੋਂ ਬਾਅਦ ਪੰਜਾਬ ਨੂੰ, ਸਿੱਖੀ ਨੂੰ, ਪੰਜਾਬੀਆਂ ਨੂੰ ਬੜੀ ਦੇਣ ਅਤੇ ਉਹ ਧਰੋਹਰ ਜਿਹੜੇ ਅੱਜ ਦੇ ਨੇ, ਚਾਹੇ ਕੋਈ ਉਲਟਾ ਕੋਈ ਨਾਲ, ਅੱਜ ਉਹਨਾਂ ਦੀ ਜ਼ਿੰਮੇਵਾਰੀ ਆ ਵੀ ਅਕਾਲੀ ਦਲ ਨੂੰ ਸੰਭਾਲ ਕੇ ਰੱਖਣ, ਜਿਹੜਾ ਕਿ ਇਹਨਾਂ ਦੇ ਬਜ਼ੁਰਗਾਂ ਨੇ ਜੋ ਜੋ ਘਾਲਣਾ ਘਾਲੀਆਂ ਹੈ, ਇਹ ਤਾਂ ਅੱਜ ਇਹਨਾਂ ਨੂੰ ਬਣਿਆ ਬਣਾਇਆ ਮਿਲਿਆ, ਥੋੜ੍ਹੀ ਇਹਨੂੰ ਤੋੜ ਦਿਉ, ਜਿੰਨਾ ਜੋੜਨ ਦੀ ਕੋਸ਼ਿਸ਼ ਕਰੋ। ਸਿਆਣੇ ਸਿਆਣੇ ਬੰਦੇ ਨੇ, ਮੈਂ ਕੋਈ ਸਲਾਹ ਨਹੀਂ ਦੇ ਸਕਦਾ, ਪਰ ਮੈਂ ਅਕਾਲੀ ਦਲ ਬਾਰੇ ਤਾਂ ਪੜ੍ਹਿਆ ਨਾ, ਉਹਨਾਂ ਬਾਰੇ ਤਾਂ ਸੁਣਿਆ ਨਾ, ਉਹ ਅਕਾਲੀ ਬਣੋ ਜਿਹੜਾ ਅਸਲੀ ਅਕਾਲੀ ਸੀ। ਦਲ ਨਾ ਬਣੋ ਇਕੱਲਾ, ਅਕਾਲੀ ਬਣੋ। ਅਕਾਲੀ ਦਲ ਇੱਕ ਬਹੁਤ ਪੁਰਾਣੀ ਪਾਰਟੀ ਆ, ਉਹਦੇ ਵਿੱਚ ਜਿਹੜਾ ਵੀ ਕੁਛ ਹੋ ਰਿਹਾ ਉਹ ਮੰਦਭਾਗਾ ਹੈ, ਬੜਾ ਮਾੜਾ ਹੈ। ਬਹੁਤ ਪੁਰਾਣਾ ਪਾਰਟੀ ਦਾ ਇਤਿਹਾਸ ਆ ਅਤੇ ਸਾਰਿਆਂ ਨੂੰ ਇਕੱਲਾ ਇਹ ਨਹੀਂ ਹੁੰਦਾ ਵੋਟਾਂ ਦੀ ਰਾਜਨੀਤੀ, ਅਸੀਂ ਹਾਰੇ ਹਾਂ ਜਿੱਤੇ ਹਾਂ ਜਾਂ ਵੋਟਾਂ ਕਿੰਨੀਆਂ ਪਈਆਂ ਨਹੀਂ ਪਿੰਨੀਆਂ, ਇਹਦੇ ਬਹੁਤ ਚੰਗੇ ਵਿਚਾਰਾਂ ਵਾਲੀ ਪਾਰਟੀ ਆ, ਬਹੁਤ ਕੁਰਬਾਨੀਆਂ ਦਿੱਤੀਆਂ ਇਸ ਪਾਰਟੀ ਨੇ ਅਤੇ ਤਾਂ ਦੇਸ਼ ਆਜ਼ਾਦ ਹੋਇਆ। ਖਾਸ ਤੌਰ 'ਤੇ ਉਦੋਂ ਬਾਅਦ ਪੰਜਾਬ ਨੂੰ, ਸਿੱਖੀ ਨੂੰ, ਪੰਜਾਬੀਆਂ ਨੂੰ ਬੜੀ ਦੇਣ ਅਤੇ ਉਹ ਧਰੋਹਰ ਜਿਹੜੇ ਅੱਜ ਦੇ ਨੇ, ਚਾਹੇ ਕੋਈ ਉਲਟਾ ਕੋਈ ਨਾਲ, ਅੱਜ ਉਹਨਾਂ ਦੀ ਜ਼ਿੰਮੇਵਾਰੀ ਆ ਵੀ ਅਕਾਲੀ ਦਲ ਨੂੰ ਸੰਭਾਲ ਕੇ ਰੱਖਣ, ਜਿਹੜਾ ਕਿ ਇਹਨਾਂ ਦੇ ਬਜ਼ੁਰਗਾਂ ਨੇ ਜੋ ਜੋ ਘਾਲਣਾ ਘਾਲੀਆਂ ਹੈ, ਇਹ ਤਾਂ ਅੱਜ ਇਹਨਾਂ ਨੂੰ ਬਣਿਆ ਬਣਾਇਆ ਮਿਲਿਆ ਹੈ, ਥੋੜ੍ਹੀ ਇਹਨੂੰ ਤੋੜ ਦਿਉ, ਜਿੰਨਾ ਜੋੜਨ ਦੀ ਕੋਸ਼ਿਸ਼ ਕਰੋ। ਸਿਆਣੇ ਸਿਆਣੇ ਬੰਦੇ ਨੇ, ਮੈਂ ਕੋਈ ਸਲਾਹ ਨਹੀਂ ਦੇ ਸਕਦਾ, ਪਰ ਮੈਂ ਅਕਾਲੀ ਦਲ ਬਾਰੇ ਤਾਂ ਪੜ੍ਹਿਆ ਨਾ, ਉਹਨਾਂ ਬਾਰੇ ਤਾਂ ਸੁਣਿਆ ਨਾ, ਉਹ ਅਕਾਲੀ ਬਣੋ ਜਿਹੜਾ ਅਸਲੀ ਅਕਾਲੀ ਸੀ। ਦਲ ਨਾ ਬਣੋ ਇਕੱਲਾ, ਅਕਾਲੀ ਬਣੋ। ਅਕਾਲੀ ਦਲ ਇੱਕ ਬਹੁਤ ਪੁਰਾਣੀ ਪਾਰਟੀ ਆ, ਉਹਦੇ ਵਿੱਚ ਜਿਹੜਾ ਵੀ ਕੁਛ ਹੋ ਰਿਹਾ ਉਹ ਮੰਦਭਾਗਾ ਹੈ, ਬੜਾ ਮਾੜਾ ਹੈ। ਬਹੁਤ ਪੁਰਾਣਾ ਪਾਰਟੀ ਦਾ ਇਤਿਹਾਸ ਆ ਅਤੇ ਸਾਰਿਆਂ ਨੂੰ ਇਕੱਲਾ ਇਹ ਨਹੀਂ ਹੁੰਦਾ ਵੋਟਾਂ ਦੀ ਰਾਜਨੀਤੀ, ਅਸੀਂ ਹਾਰੇ ਹਾਂ ਜਿੱਤੇ ਹਾਂ ਜਾਂ ਵੋਟਾਂ ਕਿੰਨੀਆਂ ਪਈਆਂ ਨਹੀਂ ਪਿੰਨੀਆਂ, ਇਹਦੇ ਬਹੁਤ ਚੰਗੇ ਵਿਚਾਰਾਂ ਵਾਲੀ ਪਾਰਟੀ ਆ, ਬਹੁਤ ਕੁਰਬਾਨੀਆਂ ਦਿੱਤੀਆਂ ਇਸ ਪਾਰਟੀ ਨੇ ਅਤੇ ਤਾਂ ਦੇਸ਼ ਆਜ਼ਾਦ ਹੋਇਆ। ਖਾਸ ਤੌਰ 'ਤੇ ਉਦੋਂ ਬਾਅਦ ਪੰਜਾਬ ਨੂੰ, ਸਿੱਖੀ ਨੂੰ, ਪੰਜਾਬੀਆਂ ਨੂੰ ਬੜੀ ਦੇਣ ਅਤੇ ਉਹ ਧਰੋਹਰ ਜਿਹੜੇ ਅੱਜ ਦੇ ਨੇ, ਚਾਹੇ ਕੋਈ ਉਲਟਾ ਕੋਈ ਨਾਲ, ਅੱਜ ਉਹਨਾਂ ਦੀ ਜ਼ਿੰਮੇਵਾਰੀ ਆ ਵੀ ਅਕਾਲੀ ਦਲ ਨੂੰ ਸੰਭਾਲ ਕੇ ਰੱਖਣ, ਜਿਹੜਾ ਕਿ ਇਹਨਾਂ ਦੇ ਬਜ਼ੁਰਗਾਂ ਨੇ ਜੋ ਜੋ ਘਾਲਣਾ ਘਾਲੀਆਂ ਹੈ, ਇਹ ਤਾਂ ਅੱਜ ਇਹਨਾਂ ਨੂੰ ਬਣਿਆ ਬਣਾਇਆ ਮਿਲਿਆ ਹੈ, ਥੋੜ੍ਹੀ ਇਹਨੂੰ ਤੋੜ ਦਿਉ, ਜਿੰਨਾ ਜੋੜਨ ਦੀ ਕੋਸ਼ਿਸ਼ ਕਰੋ। ਸਿਆਣੇ ਸਿਆਣੇ ਬੰਦੇ ਨੇ, ਮੈਂ ਕੋਈ ਸਲਾਹ ਨਹੀਂ ਦੇ ਸਕਦਾ, ਪਰ ਮੈਂ ਅਕਾਲੀ ਦਲ ਬਾਰੇ ਤਾਂ ਪੜ੍ਹਿਆ ਨਾ, ਉਹਨਾਂ ਬਾਰੇ ਤਾਂ ਸੁਣਿਆ ਨਾ, ਉਹ ਅਕਾਲੀ ਬਣੋ ਜਿਹੜਾ ਅਸਲੀ ਅਕਾਲੀ ਸੀ। ਦਲ ਨਾ ਬਣੋ ਇਕੱਲਾ, ਅਕਾਲੀ ਬਣੋ। ਅਕਾਲੀ ਦਲ ਇੱਕ ਬਹੁਤ ਪੁਰਾਣੀ ਪਾਰਟੀ ਆ, ਉਹਦੇ ਵਿੱਚ ਜਿਹੜਾ ਵੀ ਕੁਛ ਹੋ ਰਿਹਾ ਉਹ ਮੰਦਭਾਗਾ ਹੈ, ਬੜਾ ਮਾੜਾ ਹੈ। ਬਹੁਤ ਪੁਰਾਣਾ ਪਾਰਟੀ ਦਾ ਇਤਿਹਾਸ ਆ ਅਤੇ ਸਾਰਿਆਂ ਨੂੰ ਇਕੱਲਾ ਇਹ ਨਹੀਂ ਹੁੰਦਾ ਵੋਟਾਂ ਦੀ ਰਾਜਨੀਤੀ, ਅਸੀਂ ਹਾਰੇ ਹਾਂ ਜਿੱਤੇ ਹਾਂ ਜਾਂ ਵੋਟਾਂ ਕਿੰਨੀਆਂ ਪਈਆਂ ਨਹੀਂ ਪਿੰਨੀਆਂ, ਇਹਦੇ ਬਹੁਤ ਚੰਗੇ ਵਿਚਾਰਾਂ ਵਾਲੀ ਪਾਰਟੀ ਆ, ਬਹੁਤ ਕੁਰਬਾਨੀਆਂ ਦਿੱਤੀਆਂ ਇਸ ਪਾਰਟੀ ਨੇ ਅਤੇ ਤਾਂ ਦੇਸ਼ ਆਜ਼ਾਦ ਹੋਇਆ। ਖਾਸ ਤੌਰ 'ਤੇ ਉਦੋਂ ਬਾਅਦ ਪੰਜਾਬ ਨੂੰ, ਸਿੱਖੀ ਨੂੰ, ਪੰਜਾਬੀਆਂ ਨੂੰ ਬੜੀ ਦੇਣ ਅਤੇ ਉਹ ਧਰੋਹਰ ਜਿਹੜੇ ਅੱਜ ਦੇ ਨੇ,
ਚਾਹੇ ਕੋਈ ਉਲਟਾ ਕੋਈ ਨਾਲ, ਅੱਜ ਉਹਨਾਂ ਦੀ ਜ਼ਿੰਮੇਵਾਰੀ ਆ ਵੀ ਅਕਾਲੀ ਦਲ ਨੂੰ ਸੰਭਾਲ ਕੇ ਰੱਖਣ। ਜਿਹੜਾ ਕਿ ਇਹਨਾਂ ਦੇ ਬਜ਼ੁਰਗਾਂ ਨੇ ਜੋ ਜੋ ਘਾਲਣਾ ਘਾਲੀਆਂ ਹੈ, ਇਹ ਤਾਂ ਅੱਜ ਇਹਨਾਂ ਨੂੰ ਬਣਿਆ ਬਣਾਇਆ ਮਿਲਿਆ, ਥੋੜ੍ਹੀ ਇਹਨੂੰ ਤੋੜ ਦਿਉ। ਜਿੰਨਾ ਜੋੜਨ ਦੀ ਕੋਸ਼ਿਸ਼ ਕਰੋ, ਸਿਆਣੇ ਸਿਆਣੇ ਬੰਦੇ ਨੇ, ਮੈਂ ਕੋਈ ਸਲਾਹ ਨਹੀਂ ਦੇ ਸਕਦਾ, ਪਰ ਮੈਂ ਅਕਾਲੀ ਦਲ ਬਾਰੇ ਤਾਂ ਪੜ੍ਹਿਆ ਨਾ, ਉਹਨਾਂ ਬਾਰੇ ਤਾਂ ਸੁਣਿਆ ਨਾ। ਤਾਜ਼ਾ ਅਪਡੇਟਸ ਔਰ ਬੜੀ ਖਬਰੋਂ ਕੇ ਲਈ ਸਬਸਕ੍ਰਾਈਬ ਕਰੇਂ ਆਜ ਪ੍ਰਕਾਸ਼ ਟੀਵੀ ਔਰ ਬੈਲ ਆਈਕਨ ਦਬਾਨਾ ਨਾ ਭੁਲੇਂ।